ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮੰਤਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਦਾ ਖਾਲਸ ਟੀਵੀ ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਵਿਚਾਰ ਤੇ ਸੱਚਾਈ ਇਮਾਨਦਾਰੀ ਅਤੇ ਮਿਹਨਤ ਤੋਂ ਕਦੇ ਵੀ ਮੂਨਾ ਮੋੜੋ ਇਹ ਤੁਹਾਨੂੰ ਇੱਕ ਦਿਨ ਮਾਣ ਮਹਿਸੂਸ ਕਰਵਾਉਣਗੇ ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਵਿਭਾਗਾਂ ਦੇ 417 ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ ਕਿਹਾ ਹੁਣ ਤੱਕ 44666 ਨੌکریاں ਦਿੱਤੀਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਕੈਪਟਨ ਅਮਰਿੰਦਰ ਸਿੰਘ ਦੀ ਲੜਕੀ ਜੈਨਦਰ ਕੌਰ ਦੇ ਨਿਸ਼ਾਨਾ ਕਿਹਾ ਨਹੀਂ ਆਉਂਦੀ ਇਹਨਾਂ ਨੂੰ ਪੰਜਾਬੀ 'ਚ ਗਿਣਤੀ ਇਹ ਕੀ ਸਮਝਣਗੇ ਪੰਜਾਬ ਦਾ ਦਰਦ ਹਿਮਲਾ ਵਿੱਚ ਉਸਾਰੀ ਅਧੀੜ ਸੁਰੰਗ ਡਿੱਗੀ ਜਾਨੀ ਨੁਕਸਾਨ ਤੋਂ ਰਿਹਾ ਬਚਾ ਕੈਂਡੀਗੜ ਫੀਜੀ ਇਸਮੇਰ ਸਰਕਾਰੀ ਮੈਡੀਕਲ ਕਾਲਜ ਅਤੇ ਹੋਰ ਕਈ ਹਸਪਤਾਲਾਂ 'ਚ ਡਾਕਟਰਾਂ ਕੀਤੀ ਹੜਤਾਲ ਕੋਲਕਾਤਾ ਦੇ ਮੈਡੀਕਲ ਕਾਲਜ 'ਚ ਮਹਿਲਾ ਡਾਕਟਰ ਨਾਲ ਹੋਏ ਜ਼ਬਰਜਨਾਹ ਅਤੇ ਕਤਲ ਦਾ ਮੰਗ ਰਹੇ ਇਨਸਾਫ ਬਲਵੰਤ ਸਿੰਘ ਰਾਜੂ ਉਹਨਾਂ ਨਾਲ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਗਿਆਨੀ ਰਗਵੀਰ ਸਿੰਘ ਨੇ ਕੀਤੀ ਮੁਲਾਕਾਤ ਅਮਿਤ ਸ਼ਾਹ ਵੱਲੋਂ ਸਮਾਨਾ ਦੇਣ ਦੇ ਹਰਜਿੰਦਰ ਸਿੰਘ ਧਾਮੀ ਨੇ ਜਿਤਾਈ ਨਾਰਾਜ਼ਗੀ ਲਾਡਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਨੇ ਬਦਲਿਆ ਫੈਸਲਾ ਪ੍ਰਸ਼ਾਸਨ ਨਾਲ ਮੀਟਿੰਗ ਕਰ ਫਿਲਹਾਲ ਤਰਨਾ ਲਗਾਉਣ ਦਾ ਫੈਸਲਾ ਲਿਆ ਵਾਪਸ 18 ਅਗਸਤ ਤੱਕ ਟੋਲ ਨਾ ਘਟਾਉਣ ਤੇ ਪਲਾਹਾ ਪ੍ਰਬੰਧਕਾਂ ਨੂੰ ਪੱਕਾ ਤਰਨਾ ਲਗਾਉਣ ਦੀ ਦਿੱਤੀ ਚੇਤਾਵਨੀ ਭਾਰੀ ਮੀਂਹ ਤੇ ਖਰਾਬ ਮੌਸਮ ਕਾਰਨ ਅਮਰਨਾਥ ਯਾਤਰਾ ਤੇ ਪਿਆ ਅਸਰ ਕੁਝ ਸਮੇਂ ਲਈ ਲਗਾਈ ਰੋਕ ਕੇਂਦਰ ਸਰਕਾਰ ਨੇ ਪ੍ਰਸਾਰਣ ਬਿੱਲ 2024 ਨੂੰ ਲਿਆ ਵਾਪਸ ਦੁਬਾਰਾ ਤਿਆਰ ਕਰ ਲਿਆਉਣ ਦੀ ਕਹੀ ਗੱਲ ਪੈਰਿਸ 올림픽 ਤੋਂ ਦੇਸ਼ ਪਰਤੇ ਖਿਡਾਰੀ ਦੇਸ਼ ਪਰਤਨ ਦੇ ਹਵਾਈ ਅੱਡਿਆਂ ਤੇ ਹੋਇਆ ਸ਼ਾਨਦਾਰ ਸਵਾਗਤ ਭਾਰਤੀ ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਤੇ ਬੈਡਮਿੰਟਨ ਵਰਲਡ ਫੈਡਰੇਸ਼ਨ ਨੇ 18 ਮਹੀਨਿਆਂ ਦੀ ਲਗਾਈ ਪਾਬੰਦੀ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਕਰਨ ਦਾ ਹੈ ਦੋਸ਼ ਟੋਕੀਓ ਪੈਰਾ 올림픽 2020 ਜਿੱਤਿਆ ਸੀ ਸੋਨ ਤਖਮਾ ਐਸਜੀਵੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਚੋਣ ਕਮਿਸ਼ਨਰ ਨਾਲ ਕੀਤੀ ਮੁਲਾਕਾਤ ਜਾਲੀ ਵੋਟਾਂ ਬਣਾਉਣ ਦਾ ਵੀ ਚੁੱਕਿਆ ਮੁੱਦਾ ਤੇ ਪੁਰਾਣਾ ਸਿਸਟਮ ਲਾਗੂ ਕਰਨ ਦੀ ਕੀਤੀ ਮੰਗ ਕਿਹਾ ਨਵੇਂ ਸਿਸਟਮ ਨਾਲ ਘੱਟ ਬਣ ਰਹੀਆਂ ਹਨ ਵੋਟਾਂ ਨਾਰਕੋਟਿਕ ਕੰਟਰੋਲ ਬਿਊਰੋ ਨਸ਼ਾ ਤਸਕਰਾਂ ਖਿਲਾਫ ਹੋਈ ਸਖਤ ਵੱਡੇ ਤਸਕਰ ਬਲਵਿੰਦਰ ਬਿੱਲਾ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਕੀਤਾ ਸ਼ਿਫਟ ਜਲੰਧਰ ਤੇ 200 ਕਰੋੜ ਦੇ ਡਰੱਗ ਮਾਮਲੇ 'ਚ ਰਾਜਾ ਕੰਦੋਲਾ ਤੇ ਉਸ ਦੀ ਪਤਨੀ ਦੋਸ਼ੀ ਕਰਾਰ ਰਾਜਾ ਕੰਦੋਲਾ ਨੂੰ 9 ਸਾਲ ਦੀ ਜੇਲ੍ਹ ਤੇ 1 ਲੱਖ ਜੁਰਮਾਨਾ ਤੇ ਉਸ ਦੀ ਪਤਨੀ ਵੀ 3 ਸਾਲ ਰਹੇਗੀ ਜੇਲ੍ਹ ਅਤੇ ਭਰੇਗੀ 25 ਹਜ਼ਾਰ ਦਾ ਜੁਰਮਾਨਾ ਰਾਮ ਰਹੀਮ ਫਿਰ ਜੇਲ੍ਹ ਤੋਂ ਆਇਆ ਬਾਹਰ 21 ਦਿਨਾਂ ਦੀ ਮਿਲੀ ਪੈਰੋਲ ਗੁਰਦਾਸਪੁਰ ਤੋਂ ਐਮਪੀ ਸੁਖਜਿੰਦਰ ਰੰਧਾਵਾ ਨੇ ਰਾਮ ਰਹੀਮ ਦੀ ਪੈਰੋਲ ਦਾ ਕੀਤਾ ਵਿਰੋਧ ਕਿਹਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਕੀਤਾ ਜਾ ਰਿਹਾ ਖਿਲਵਾੜ ਮੁੱਖ ਮੰਤਰੀ ਭਗਵੰਤ ਸਿੰਘ ਦਾ ਨੇ ਪੰਚਾਇਤੀ ਚੋਣਾਂ ਦੀ ਖੇਚੀ ਤਿਆਰੀ ਵਿਧਾਇਕਾਂ ਨਾਲ ਮੀਟਿੰਗ ਕਰ ਵਿਕਾਸ ਕੰਮਾਂ ਦਾ ਮੰਗਿਆ ਫੀਡਬੈਕ 32 ਸਾਲਾਂ ਬਾਅਦ 20 ਅਫਗਾਨੀ ਸਿੱਖਾਂ ਨੂੰ ਮਿਲੀ ਭਾਰਤੀ ਨਾਗਰਿਕਤਾ 1992 ਵਿੱਚ ਆਏ ਸੀ ਭਾਰਤ ਅੰਮ੍ਰਿਤਸਰ ਹਵਾਈ ਅੱਡੇ ਤੋਂ ਫੜੇ ਗਏ ਵੱਡੀ ਮਾਤਰਾ ਦੀ ਸਿਗਰਟ ਦੇ ਪੈਕੇਟ ਸ਼ਹਿਰ ਜਾਦੋਂ ਆ ਰਿਹਾ ਸੀ ਯਾਤਰੀ ਕਸਟਮਸ ਵਿਭਾਗ ਨੇ ਜ਼ਬਤ ਕਰ ਕਾਰਵਾਈ ਕੀਤੀ ਸ਼ੁਰੂ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ ਮਾਨਹਾਨੀ ਮਾਮਲੇ ਨੂੰ ਕੀਤਾ ਬੰਦ ਅਰਵਿੰਦ ਕੇਜਰੀਵਾਲਾ ਤੇ ਵੀ ਆਰਐਸ ਆਗੂ ਕੀ ਕਵਿਤਾ ਨੂੰ ਨਹੀਂ ਮਿਲੀ ਰਾਹਤ ਸ਼ਰਾਬ ਘਟਾਲੇ ਦੇ ਰਾਉਜ਼ ਐਵੈਨਿਊ ਅਦਾਲਤ ਨੇ 2 ਸਤੰਬਰ ਤੱਕ ਵਧਾਈ ਨਿਆਇਕ ਹਿਰਾਸਤ ਕਲਕੱਤਾ ਹਾਈ ਕੋਰਟ ਨੇ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦਾ ਮਾਮਲਾ ਸੀਬੀਆਈ ਨੂੰ ਸੌਂਪਿਆ ਕਿਹਾ 5 ਦਿਨਾਂ 'ਚ ਪੁਲਿਸ ਨੇ ਨਹੀਂ ਕੀਤੀ ਕੋਈ ਕਾਰਵਾਈ ਇਸ ਤਰ੍ਹਾਂ ਮਟਾਏ ਜਾ ਸਕਦੇ ਹਨ ਸਬੂਤ 7 ਦਿਨਾਂ ਲਈ ਜੇਲ੍ਹ ਤੋਂ ਬਾਹਰ ਆਏਗਾ ਅਸਰਮ ਜੋਧਪੁਰ ਹਾਈ ਕੋਰਟ ਨੇ ਇਲਾਜ ਲਈ ਦਿੱਤੀ ਪੈਰੋਲ 4 ਦਿਨਾਂ ਤੋਂ ਏਮਜ਼ ਵਿੱਚ ਹੈ ਦਾਖਲ ਯੂਕਰੇਨ ਨੇ ਰੂਸ ਦੇ 1000 ਵਰਗ ਕਿਲੋਮੀਟਰ ਖੇਤਰ ਦਾ ਕੀਤਾ ਕਬਜ਼ਾ ਪੋਟਿਨ ਨੇ ਯੂਕਰੇਨੀ ਫੌਜਾਂ ਨੂੰ ਖਦੇੜਨ ਦਾ ਦਿੱਤਾ ਹੁਕਮ ਆਈਡੀ ਹੈਡ ਨੇ ਇਸ ਵਾਸਤੇ ਇੰਨਾ ਹੀ ਮੈਨੂੰ ਦਿਓ ਅੱਗੇ ਧੰਨਵਾਦ